वाओ ये क्या है, लड़ पेने बिल्ली हैदर बिल्ली लाया यार, हैदर भाई ने बिल्ली यार तू छड़ दे। माशाल्लाह जी माशाल्लाह, जोरों की बारिश जो है ना होना शुरू हो चुकी है। ठीक है, आप लेके ये कमरे में पानी आते हुए देख सकते हैं कि अभी अभी भाई साहब हमने सारे बिस्तरे वगैरह ना मंजिए शिंजिए जो के अंदर किए हैं, और साथ ही बारिश इतने जोरों की शुरू हुई है कि आप लोगों को आवाज़ें आ रही होंगी। ठीक है, ये खिड़की से यहाँ पे पानी आप चेक कर सकते हैं कि कैसे आ रहा है। एक सेकंड में भाई साहब इतनी दौड़े लगी है ना, सभी गांव वाले छतों पे सो रहे थे तो सबकी दौड़े लग गया, सभी ने जल्दी से मंजिया शंजिया चौक के ना तो नीचे जाने वाली बात की है। ठीक, पर अभी एक सेकंड में लाइट भी चली जाएगी क्योंकि ये हमारे पाकिस्तान की रूटीन है, जल्दी जैसे भी बारिश आसमान पे होती है और लाइट चली जाती है। भाई साढ़ा लैटरिन क्यों हो गया, रात का डके का माल कट गया। अस्सलाम वालेकुम जी, गुड मॉर्निंग, सुबह बखैर, क्या हाल चाल, उम्मीद है कि आप सब खैर खैरियत से होंगे। अल्हम्दुलिल्लाह, बहुत ही ज्यादा दिनों के बाद, बहुत ज्यादा गर्मी खाने के बाद अल्लाह ताला ने आखिरकार हम पर अपनी रहमत के दरवाजे खोल दिए। वैसे तो बहुत सारी रहमतें रोज हमें देखने को मिलती है, हमें खुद भी मिलती है अल्लाह ताला की बहुत सारी रहमतें, लेकिन उन रहमतों में से एक खास रहमत जो है ना वो आज अल्हम्दुलिल्लाह शुरू हो चुकी है। बारिश जो है ना वो हल्की हल्की अभी भी हो रही है माशाल्लाह। तकरीबन 2:30 बजे बारिश शुरू हुई है, तो आधा घंटा बारिश पड़ी है जोर वाली, बाकी बाद में स्लो 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 जैसे अभी कनिये पड़ रही है ना वैसे ही बारिश हो रही थी। पीछे से आवाज आ रही है मस्जिद में से, वो ग्रही कर रहे हैं, ठीक है, पैसे पुसे मस्जिद के लिए इकट्ठे कुठे कर रहे हैं, तो वो बच्चे नात शरीफ पढ़ रहे हैं। चल नहीं चाहती मेला अपनी भैन, चल नहीं मेला तू भी, बाद रहोगी अभी साड़ी भैन, अरे कितने तुर गई है, चल चल मेला, चल अदरा कल तुम्हें अदरा फाड़ी यार कल नहीं मिला, की खरना करो बाद च, की खरना करो फिलहाल, साड़ा विछोड़ा पैन लगा सदियां का, चल तुम्हें जफी पाला भैन, एक दो तीन चार, ठीक है, वो तो तेरे नाराज ने, तेरा तो मिलना ही नहीं कुछ आता। ਮਾਂ ਜੀ ਪਿੰਕੀ ਬੜੇ ਸਕੂਨ ਦੇ ਨਾਲ ਨਾ ਮੂਨ ਦੀ ਗਰਦਨ ਦੇ ਉੱਤੇ ਬੈਠੀ ਪਈ ਹੈ। ਪਿੰਕੀ ਸ਼ਾਦੀ, ਇਹ ਸ਼ਾਦੀ ਸ਼ਾਦੀ ਦੇ ਇੰਜੋਏ ਕਰਦੀ ਜਾ ਰਹੀ ਹੈ, ਸਫ਼ਰ ਇੰਜੋਏ ਕਰਦੀ ਜਾ ਰਹੀ ਹੈ, ਇਹ ਸ਼ਾਦੀ ਹੈ। ਬਾਬਾ ਜੀ ਸ਼ਾਦੀ ਆਪਾਂ ਦੇਣ ਜਾ ਰਹੇ ਹਾਂ ਆਦੀ ਸਾਹਿਬ ਨੂੰ, ਠੀਕ ਹੈ, ਉਹਨੇ ਬੜੀ ਦੇਰ ਦਾ ਕਿਹਾ ਦਾ ਸੀ ਅੱਜ ਉਹਨੂੰ ਗਿਫਟ ਦੇ ਦੇਣਾ ਸ਼ਾਦੀ, ਜਵਾਬ ਦਿੰਦੀ ਹੈ ਗੱਲ ਦਾ, ਬਾਬਾ ਜੀ ਸਫ਼ਰ ਇੰਜੋਏ ਕਰਦੇ ਹੋਏ, ਠੀਕ ਹੈ, ਚੈੱਕ ਕਰੋ ਨੈਕਸਟ ਲੌਂਗ ਵੇ ਤੇ ਸ਼ਾਦੀ ਕੰਧਾ ਵੇ, ਸ਼ਾਦੀ ਮੋਢਾ ਵੇ, ਬੜੇ ਸਕੂਨ ਨਾਲ ਬੈਠੀ ਹੋਏ, ਕਿਤੇ ਨੀ ਜਾਣਾ, ਇੱਥੇ 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 ਆ ਗਿਆ, ਤੇਰੀ ਰਾਮਗਾਹ ਆ ਗਈ ਹੈ। ਬਾਬਾ ਜੀ ਇੱਥੇ ਆਪਾਂ ਬਰਾੜ ਸਾਹਿਬ ਦਾ ਖਤ ਸ਼ਤ ਕਰਾ ਰਹੇ ਹਾਂ, ਠੀਕ ਹੈ, ਲੱਗਿਆ ਤੇ ਮੈਂ ਵੀ ਕਰਾ ਲਿਆ ਆਪਣਾ, ਤੇ ਆਪਾਂ ਆਦੀ ਨੂੰ ਫੋਨ ਕਰਕੇ ਨਾ ਪੁੱਛ ਲਿਆ ਕਿ ਆਦੀ ਦੁਕਾਨ ਤੇ ਹੈ ਤੇ ਇਕੱਲਾ ਹੀ ਆ, ਉਹਨੇ ਕਿਹਾ ਹਾਂ ਮੈਂ ਇਕੱਲਾ ਹੀ ਹਾਂ, ਹੁਣ ਆਪਾਂ ਚੱਲੀਏ ਉਹਦੇ ਵੱਲ ਤੇ ਜਾ ਕੇ ਉਹਨੂੰ ਸਰਪ੍ਰਾਈਜ਼ ਉਹਦਾ ਗਿਫਟ ਕਰੀਏ। ਤੇਰੇ ਵਾਸਤੇ ਇੱਕ ਸ਼ੈ ਲਿਆਂਦੀ ਹੈ, ਤੂੰ ਬਿਜ਼ੀ ਬਣਾ ਯਾਰ ਭੈਣ ਦੇ ਸਿਰ, ਆਦੀ ਆਦੀ ਨਹੀਂ ਚੱਕ ਚੁੱਕ ਕਰ ਲੈ, ਮੁੜ ਕੇ ਮੈਂ ਪਿੰਡ ਜਾਵਾਂ, ਤੂੰ ਆਖੇ ਪਈਆ ਓਰੀਜਨਲ ਨੀ ਹੈ, ਬੈਟਰੀ ਕੋਰ ਚੈੱਕ ਕਰ ਲੈ, ਬਿੱਲੀ ਬਾਹਰ ਤੁਰ ਗਈ ਆ।
ਤੂੰ ਹੁਣ ਨੀ ਸਾਂਭਣ ਡਿਆ ਤਾਂ ਬਾਅਦ ਚ ਤੂੰ ਕਿੱਥੋਂ ਸਾਂਭਣੀ ਆ? ਚੱਲਾਂ ਨੂੰ ਲੈ ਕੇ ਘਰ ਪਿੰਗਾ ਲਿਆਵਾਂਗਾ। ਥੱਕਿਆ ਜਾਂ ਸ਼ੁਕੀਨ ਆ ਕੀ ਕਰਾਂ ਇਹ ਤੁਹਾਡੇ ਸਾਰਾ ਤੋਂ ਭਾਰੀ ਜੁੱਤੀ ਕਿਤੀ ਹੈ ਮੇਰੀ ਲਾਈ ਕਰਾਂ ਕੀ ਕਰਾਂ ਦੁਕਾਨ ਤੇ ਪੁੱਜ ਗਏ ਆਪਾਂ ਰਿਐਕਸ਼ਨ ਚੈੱਕ ਕਰਦਾ ਕਿਹੜਾ ਰਿਐਕਸ਼ਨ ਆਉਂਦਾ। ਸਲਾਮ ਅਲੈਕਮ ਆਦੀ ਬਾਈ ਕੀ ਹਾਲ ਹੈ? ਮੈਂ ਤੁਹਾਨੂੰ ਮਿਲਣ ਆਇਆ, ਕਿੰਨੀ ਦੂਰੋਂ ਮਿਲਣ ਆਇਆ ਤੁਹਾਨੂੰ? ਉਹੀ ਤੂੰ ਕਰਨਾ ਜੋ ਤੂੰ ਕਰਨਾ ਥੱਲੇ ਬਹਿ ਉੱਥੇ ਬਹਿ ਜਾ ਤੈਨੂੰ ਆਉਣਾ ਪਿਆ ਆਪਣੇ। ਮੈਂ ਤੈਨੂੰ ਸਲਾਮ ਲੈ ਲਈ ਜਾਣਾ ਹੁਣ ਤੂੰ ਰਿਐਕਸ਼ਨ ਦੇਣਾ ਦਿੱਲੀ ਵੇਖ ਕੇ ਜੇ ਫਿੱਕਾ ਰਿਐਕਸ਼ਨ ਹੋਇਆ ਤਾਂ ਜੁੱਤੀਆਂ ਨੇ ਹੈਦਰ ਦੀਆਂ। ਆਦਿ ਭਾਈ ਮੈਂ ਤੁਹਾਡੇ ਵਾਸਤੇ ਗਿਫਟ ਲੈ ਕੇ ਆਇਆ। ਆਦਿ ਬਿੱਲੀ ਪਸੰਦ ਆਈ ਹੈ? ਗਿਫਟ ਚੰਗਾ ਵੇਖ ਲਈ ਭਾਈ ਜੀ ਇਹਨੂੰ ਗਿਫਟ ਪਸੰਦ ਨਹੀਂ ਆਇਆ ਠੀਕ ਹੈ। ਫੁੱਦੂ ਐਕਟਰ ਹੈ, ਨਿਕੰਮਾ ਐਕਟਰ ਹੈ। ਤਿੰਨ ਵਾਰੀ ਮੇਰੇ ਕੋਲ ਇਹਨੇ ਐਂਟਰੀ ਦਵਾਈ ਹੈ ਕਿ ਵਾਪਸ ਆ ਮੈਂ ਤੇਰੀ ਐਂਟਰੀ ਲੈਣੀ ਹੈ, ਮੈਂ ਰਿਐਕਸ਼ਨ ਦੇਣਾ। ਤੇ ਤੂੰ ਕਾਹਦਾ ਐਕਟਰ ਹੈ ਹੁਣ ਦੱਸ ਛੱਡ ਭਾਈ ਮੈਂ ਕਿਹੜਾ ਐਕਟਰ ਹਾਂ? ਹੋਰ ਬਿੱਲੀ ਸ਼ੇਰ ਕੀ ਖਾਲਾ ਹੈ ਤੇਰੇ ਨਾਲ ਸੋਹਣੀ ਹੈ ਦਾਦੇ ਕੀ ਤੇਰੇ ਨਾਲ ਸੋਹਣੀ ਹੈ ਇਹਦੇ ਵਰਗਾ ਮੂੰਹ ਹੈ ਇਹਦੀ ਇਹ ਵੇਖਣਾ ਮੈਂ ਭਾਈ ਜੀ ਆਦੀ ਨੂੰ ਸਾਡਾ ਗਿਫਟ ਪਸੰਦ ਨਹੀਂ ਆਇਆ ਤੇ ਸਾਡਾ ਗਿਫਟ ਵਾਪਸ ਦੇ ਦੇ ਨਾ ਵਾਪਸ ਦੇ ਦੇ ਮੈਂ ਭਰਾਵਾ 700 ਜਾਣਾ ਨਾਰਾਜ਼ ਕਰਕੇ ਤੈਨੂੰ ਲਿਆ ਕੇ ਦਿੱਤੀ ਹੈ ਯਾਰ ਮੈਰੀ ਤੂੰ ਵੀਡੀਓ ਤੋਂ ਬਗੈਰ ਮੈਂ ਤੈਨੂੰ ਰਿਐਕਸ਼ਨ ਦੇਣਾ ਯਾਰ ਕਿਹਦਾ ਰਿਐਕਸ਼ਨ ਦੇਣਾ ਹੈ ਤੂੰ ਬੜਾ ਹੋ ਤੂੰ ਕਾਹਦਾ ਰਿਐਕਸ਼ਨ ਦੇਣਾ ਹੈ ਦੇ ਮੇਰੇ ਕੋ ਕਿੱਡੀ ਖੁਸ਼ ਆ ਗਈ ਤੇਰੇ ਕੋ ਕਿੱਡੀ ਖੁਸ਼ ਆ ਗਈ ਤੂੰ ਕੋਈ ਰਿਐਕਸ਼ਨ ਨਹੀਂ ਤਾਂ ਬਿੱਲੀ ਵਾਪਸ ਕਰ ਦੇ ਮੈਂ ਕਿ ਬੱਚੇ ਨੂੰ ਗਰੀਬ ਬੱਚੇ ਨੂੰ ਦੇਣਾ ਖੁਸ਼ ਹੋ ਜਾਏਗਾ ਲੜ ਪੈਣੇ ਬਿੱਲੀ ਹੈਦਰ ਬਿੱਲੀ ਲੈ ਆ ਇਹ ਦਰਬਾਈ ਨੇ ਬਿੱਲੀ ਆ ਤੂੰ ਛੱਡ ਦੇ ਜਾ ਕੇ ਰੇਤ ਲੈ ਕੇ ਗਿੱਲਿਆਂ ਕਰਕੇ ਰੇਤ ਬੋਰੀ ਲੈ ਕੇ ਫੁੱਲ ਜਿੱਥੇ ਵੀ ਇਹਨੂੰ ਬਾਲਣਾ ਰੇਤ ਦੇ ਉੱਤੇ ਰੱਖ ਦੇਣੀ ਹੈ ਫੇਰ ਇਹਨੇ ਠੰਡੀ ਜਗ੍ਹਾ ਤੇ ਬਹਿਣੀ ਤੇ ਜਿੱਥੇ ਇਹਨੇ ਪਿਸ਼ਾਬ ਕਰਨਾ ਇਹਨੇ ਉੱਥੇ ਜਗ੍ਹਾ ਖਰੋਂਦਰ ਕੇ ਪਿਸ਼ਾਬ ਦੇ ਉੱਤੇ ਸੁੱਟਣੀ ਹੈ ਮਿੱਟੀ ਜੋ ਵੀ ਹੈ ਤੇ ਰੇਤ ਚ ਬਾਲੇਗਾ ਨਾ ਰੇਤ ਚ ਇੱਕ ਤੇ ਜਗ੍ਹਾ ਸੋਖੀ ਪੁੱਟ ਲੇਗੀ ਪੈਰਾਂ ਨਾਲ ਤੇ ਸੁੱਟ ਦੇ ਜੁੜੇ ਕੋਨੇ ਚ ਜਿੱਥੇ ਚੂਚੇ ਰੱਖੇ ਦੇ ਨਾ ਇਸ ਤਰ੍ਹਾਂ ਨੇ ਨਹੀਂ ਨਹੀਂ ਇਸ ਤਰ੍ਹਾਂ ਜਗ੍ਹਾ ਨਾ ਲੱਭੇਗੀ ਤੇ ਫਿਰ ਆਕੇਗਾ ਮੰਜੀ ਤੇ ਘਰ ਛੱਡ ਦੀ ਕਿਤੇ ਘਰ ਛੱਡ ਦੀ ਜਗ੍ਹਾ ਦੱਸ ਛੜੀ ਇੱਕ ਵਾਰੀ ਬਾਲ ਛੜੀ ਉੱਥੇ ਫਿਰ ਉੱਥੇ ਹੀ ਜਾ ਕੇ ਕਰੇਗੀ। ਆਦੀ ਜਿਵੇਂ ਤੈਨੂੰ ਇੱਕ ਟਾਈਮ ਦੀ ਪਾਉਂਦੇ ਨੇ ਨਾ ਇਹਨੂੰ ਪਹਾੜੀ ਕਰੀ ਦੋ ਤਿੰਨ ਟਾਈਮ ਦੀ ਇੱਕ ਟਾਈਮ ਦੀ ਨਹੀਂ ਪਾਣੀ ਤੇਰੇ ਅੱਗੇ ਤੇ ਸੁੱਟ ਦਿੰਦੇ ਨਾ ਇਸ ਤਰ੍ਹਾਂ ਤੂੰ ਨਹੀਂ ਕਰਨਾ ਪਿਆਰ ਨਾਲ ਪਾਣੀ ਪਿਆਰ ਵਾਲਾ ਜਾਨਵਰ ਹੈ ਠੀਕ ਹੈ ਵੇ ਕਿੱਡੇ ਮਸੂਮ ਮੂੰਹ ਬਣਾ ਕੇ ਵਿਚਾਰੀ ਬੈਠੀ ਹੈ ਜਿਸ ਤਰ੍ਹਾਂ ਤੇਰੇ ਅੱਗੇ ਪਾਉਂਦੇ ਨੇ ਨਾ ਉਸ ਤਰ੍ਹਾਂ ਨਹੀਂ ਪਾਣੀ ਪਿਆਰ ਨਾਲ ਪਲੇਟ ਚ ਸਵਾਰ ਕੇ ਰੋਟੀ ਪਾਣੀ ਹੈ ਇਹਦਾ ਨਾਂ ਕੀ ਹੈ ਭਲਾ ਮਸੂਮ ਰੱਖ ਦਿੰਦੇ ਨਾ ਇਹਦਾ ਨਾਂ ਨੈਲਾ ਰੱਖ ਦਿੰਦੇ ਆ ਨਹੀਂ ਨਹੀਂ ਸਹੀ ਨਾਂ ਦੱਸ ਜਿਹੜਾ ਰੱਖਣਾ ਹੈ ਹਾਜ਼ਰਾ ਹੈ ਹਾਜ਼ਰਾ ਹਾਜ਼ਰਾ ਬੀਬੀ ਚਲ ਠੀਕ ਆ ਦੀ ਸਲਾਮ ਅਲੈਕਮ ਭਰਾਵਾ ਤੇਰੇ ਰਿਐਕਸ਼ਨ ਦੇ ਥੂ ਤੇਰੇ ਦੇ ਥੂ ਸਾਡੀ ਬਿੱਲੀ ਦਾ ਖਿਆਲ ਰੱਖ ਮੇਰਾ ਮੋਬਾਈਲ ਤੇ ਲਾ ਕੇ ਫਿੱਕੀਆਂ ਜੁਗਤਾਂ ਨਾ ਮਾਰ ਸਾਨੂੰ ਕੱਲ ਠੀਕ ਹੈ ਯਾਰ ਓਕੇ ਆ ਅੱਗੋਂ ਤੂੰ ਸਾਰੀ ਜ਼ਿੰਦਗੀ ਨੇ ਤੈਨੂੰ ਗਿਫਟ ਦੇਣਾ ਕੋਈ ਨੀ ਦੀ ਨਾ ਰੱਖੀ ਸਾਡੇ ਤੇ ਵੈਲਕਮ ਮੱਤੀ ਉੱਤੇ ਮੇਰੇ ਪਾਗਲ ਆਏ ਓਏ ਫੂਕ ਮਾਰ ਲਈ ਆਪਣੇ ਹੱਥ ਮਰਾਸੀਆ ਸਾਈਆ ਉਹ ਕਿੱਦਾਂ ਸ਼ੁਕਰੀਆ ਵੇ ਸੁੰਬੀ ਦੇ ਮੂੰਹ ਵਾਲਾ ਫੂਕ